ਕਿਵੇਂ ਸਾਰੇ ਗੁੱਡ ਮਾਰਨਿੰਗ ਸਵੇਰ ਦੇ 5:30 ਵੱਜ ਗਏ ਨੇ ਆਪਾਂ ਬਸ ਯਾਰ ਜਾ ਕੇ ਟਰੱਕ ਦੀ ਪ੍ਰੀ ਟ੍ਰਿਪ ਟ੍ਰੇਲਰ ਦੋਨੋਂ ਟ੍ਰੇਲਰਾਂ ਦੀ ਪ੍ਰੀ ਟ੍ਰਿਪ ਕਰ ਚੁੱਕੇ ਹਾਂ ਆਲਰੇਡੀ ਤੇ ਹੁਣ ਬਸ ਵਾਕ ਅਰਾਊਂਡ ਚੱਲ ਰਿਹਾ ਵਾਕ ਅਰਾਊਂਡ ਕਰਕੇ ਫਿਰ ਆਪਾਂ ਗੁੱਡ ਟੂ ਗੋ ਆ ਔਨ ਦਾ ਹਾਈਵੇ ਅੱਜ ਫਿਰ ਆਪਾਂ ਚੱਲੇ ਹਾਂ ਯੈਲੋ ਨਾਈਫ ਅਤੇ ਅੱਜ ਮੈਂ ਤੁਹਾਨੂੰ ਦੱਸੂੰਗਾ ਲੌਗ ਬੁੱਕ ਜਿਹੜੀ ਹੁੰਦੀਆਂ ਨੇ ਸਾਡੀਆਂ ਉਹਦੇ ਵਿੱਚ ਨੌਰਥ ਵੈਸਟ ਦੇ ਆਪਣੇ ਜਿਹੜਾ ਨੌਰਥ ਵੈਸਟ ਐਲਬਰਟਾ ਦੇ ਵਿੱਚ ਕਿੰਨੇ ਕਿੰਨੇ ਘੰਟੇ ਮਿਲਦੇ ਨੇ ਸਾਨੂੰ ਬਾਕੀ ਇੱਕ ਵਾਰੀ ਵਾਕ ਅਰਾਊਂਡ ਕਰਦੇ ਹਾਂ ਫਿਰ ਦੱਸਦੇ ਹਾਂ ਆਪਾਂ ਟ੍ਰੇਲਰਾਂ ਦੀ ਪ੍ਰੀ ਟ੍ਰਿਪ ਕਰ ਚੁੱਕੇ ਹਾਂ ਸੀਲਾਂ ਲਾ ਦਿੱਤੀਆਂ ਨੇ ਬ੍ਰੇਕ ਚੈੱਕ ਹੋ ਰਹੇ ਨੇ ਬ੍ਰੇਕ ਚੈੱਕ ਨੂੰ ਥੋੜ੍ਹਾ ਜਿਹਾ ਟਾਈਮ ਲੱਗ ਗਏਗਾ ਮਤਲਬ 1-2 ਮਿੰਟ ਪੂਰਾ ਕਿ ਕੋਈ ਲੀਕੇਜ ਕੋਈ ਕੁਛ ਹੋ ਤਾਂ ਨਹੀਂ ਰਿਹਾ ਏਅਰ ਬੈਗ ਸਾਰੇ ਸਾਡੇ ਆਪਣੇ ਗੁੱਡ ਆ ਲੋਕ ਲੱਗਿਆ ਪਿਆ ਪ੍ਰੋਪਰ ਲੋਕ ਦਾ ਔਨ ਨੇ ਸਾਰੇ ਕੋਈ ਲੀਕੇਜ ਨਹੀਂ ਹੈਗੀ ਹੁਣ ਆਪਾਂ ਗੋਡਾ ਰੋਡ ਲਈ ਸਾਡਾ ਵੋਕ ਅਰਾਊਂਡ ਸਾਡੀ ਪ੍ਰੀ ਟ੍ਰਿਪ ਸਾਰਾ ਮਤਲਬ ਅਸੀਂ ਗੁੱਡ ਟੂ ਗੋ ਆ ਰੋਡ ਦੇ ਉੱਤੇ ਅਤੇ ਹੁਣ ਅੱਜ ਆਪਾਂ ਚੱਲਾਂਗੇ ਯੈਲੋ ਨਾਈਫ ਅਤੇ ਯੈਲੋ ਨਾਈਫ ਤੋਂ ਅਸੀਂ ਵਾਪਸ ਆਉਣਾ ਇਹਦੇ ਵਿੱਚ ਕੋਈ ਸਟੋਪ ਨਹੀਂ ਹੈਗਾ ਸਿੱਧਾ ਯੈਲੋ ਨਾਈਫ ਹੈ ਅਤੇ ਯੈਲੋ ਨਾਈਫ ਤੋਂ ਫਿਰ ਆਪਾਂ ਸੈਟਰਡੇ ਉਹ ਜਦੋਂ ਅਸੀਂ ਉੱਥੇ ਪਹੁੰਚਣਾ ਸੰਡੇ ਨੂੰ ਪਹੁੰਚਣਾ ਸੰਡੇ ਈਵਨਿੰਗ ਦੇ ਆਸ ਪਾਸ ਯਾਰ ਦੇ ਵਿੱਚ ਕੋਈ ਨਹੀਂ ਹੋਣਾ ਡੋਰਾ ਦੇ ਉੱਤੇ ਦੋਨੋਂ ਟ੍ਰੇਲਰ ਲਾਣੇ ਨੇ ਅਤੇ ਆਪਾਂ ਦੂਜੇ ਹੁੱਕ ਕਰਕੇ ਨਿਕਲ ਜਾਣਾ ਆਪਾਂ ਨਾਲੋਂ ਨਾਲ ਹੀ ਗੁੱਡ ਜ਼ਿਆਦਾ ਹੈਡਿਕ ਨਹੀਂ ਹੈ ਬਟ ਥੋੜ੍ਹੀ ਬਹੁਤ ਹੈਗੀ ਹੈ ਹੁਣ ਆਪਾਂ ਟ੍ਰਿਪ ਆਪਣਾ ਸ਼ੁਰੂ ਕਰਦੇ ਹਾਂ ਬਾਬੇ ਦਾ ਨਾਮ ਲੈ ਕੇ ਬਾਕੀ ਸਾਰਾ ਤੁਹਾਨੂੰ ਬਾਅਦ 'ਚ ਦੱਸ ਦਿਓ ਕਿਉਂ ਜੋ ਗੱਲ ਕਰੀ ਜਾਣੀ ਜਿੱਦਾਂ ਲੌਗ ਬੁੱਕਸ ਅਤੇ ਸਟੋਪਸ ਹਾਂਜੀ ਇੱਕ ਅਸੀਂ ਸਕੇਲ ਕਰਾ ਕੇ ਯਾਰ ਤੋਂ ਮਿਸ਼ਨ ਨਿਕਲੀ ਤਾਂ ਕਿਉਂਕਿ ਰੇਟ ਇੱਕ ਵਾਰੀ ਸੈੱਟ ਹੋ ਗਏ ਕਿ ਸਕੇਲ ਦੇ ਉੱਤੇ ਪੁੱਲ ਜਾਂ ਕੋਈ ਹੋਰ ਪ੍ਰੋਬਲਮ ਕ੍ਰੀਏਟ ਨਹੀਂ ਹੁੰਦੀ ਹੈ ਅਤੇ ਥੋੜ੍ਹਾ ਜਿਹਾ ਈਜ਼ੀ ਹੋ ਜਾਂਦਾ ਇਸ ਕਰਕੇ ਯਾਰ ਤੋਂ ਨਿਕਲਣ ਤੋਂ ਪਹਿਲੇ ਆਪਾਂ ਸਕੇਲ ਜ਼ਰੂਰ ਕਰਾਈਦੀ ਹੈ ਸਾਡਾ ਵੇਟ ਬਿਲਕੁਲ ਠੀਕ ਹੈ ਅਸੀਂ ਗੋਡਾ ਰੋਡ ਦੇ ਉੱਤੇ ਲਈਏ ਬਾਬੇ ਦਾ ਨਾਮ ਦੇ ਚੱਲੀਏ ਧੰਨ ਬਾਬਾ ਚਲੋ ਲੈਣੀ ਆਪਾਂ
30 ਰੁਪਏ ਪਹੁੰਚ ਗਏ ਜੀ। ਬਹੁਤ ਸੋਹਣਾ ਵਿਊ ਹੈ ਜੀ। ਹਾਂਜੀ, ਹਾਈ ਲੈਵਲ ਆ ਗਏ ਅਤੇ ਹੁਣ ਵਾਸ਼ਰੂਮ ਆਇਆ ਮੈਂ। ਹੁਣ ਡੀਜ਼ਲ ਭਰਾਂਗੇ ਅਤੇ ਫਿਰ ਦੁਬਾਰਾ ਬੈਕ ਟੂ ਰੋਡ। ਟਰੱਕ ਥੋੜ੍ਹਾ ਜਿਹਾ ਗੰਦਾ ਹੋ ਗਿਆ। ਆਪਾਂ ਚਾਹ ਦੇ ਸ਼ੌਕੀਨ ਤੇ ਹੈ ਨੀ, ਬਸ ਆਪਾਂ ਸ਼ੌਕੀਨ ਹੈਗੇ ਆ ਦੁੱਧ ਦੇ। ਦੁੱਧ ਲਾਤਾ ਆਪਾਂ ਗਰਮ ਹੋਣ ਲਈ, ਜਦੋਂ ਤੱਕ ਦੁੱਧ ਗਰਮ ਹੁੰਦਾ ਉਸ ਤੋਂ ਬਾਅਦ ਫਿਰ ਆਪਾਂ ਹੋ ਗਿਆ ਸ਼ੁਰੂ। ਉਸ ਤੋਂ ਬਾਅਦ ਆਪਾਂ ਚੱਲਨੇ ਆ, ਤਾਂ ਤੱਕ ਡੀਜ਼ਲ ਭਰਵਾ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਆਈਏ ਤੇ ਫਿਰ ਤੁਰ ਲਾਂਗੇ ਆਪਾਂ। ਇਹ ਹਾਈ ਲੈਵਲ ਦਾ ਗੈਸ ਸਟੇਸ਼ਨ ਹੈਗਾ, ਪੈਟਰੋ। ਹਾਂਜੀ, ਕਿਵੇਂ ਸਾਰੇ? ਸਭ ਨੂੰ ਪਤਾ ਕਿੱਦਾਂ
पीछे की थी बैक साइड, और दो ट्रेलर ने इस करके अपन इतने स्लीप करेंगे। तो अज असी चला लिया एक दिन दे विच 1190 किलोमीटर, ते असी 13 घंटे 25 मिनट ड्राइव की थी है एडमिंटन तो फोर्ट प्रोविंस जिथे आप सुते हैं, हूँ आप स्लीप ते चले गए। हम 10 घंटे बाद फिर आप ऑन रोड होवांगे। फिर आप दिखाओ दसांगे, फिर आज नेक्स्ट ब्लॉग दसांगा की होंगे लॉग बुक का, इतने की मिलता। चलो गुड नाइट सबनों।